ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਕਾਰਯੋਗ ਵੀਰੋ, ਮੈਂ ਪਰਸੋਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਆਪਣਾ ਸਾਰਾ ਕੁਛ ਹੀ ਲੋਕਾਂ ਦੇ ਸਾਹਮਣੇ ਸਪਸ਼ਟ ਕਰ ਦਿੱਤਾ ਸੀਗਾ। ਔਰ ਅੱਜ ਦੋ ਦਿਨ ਬੀਤ ਜਾਣ ਦੇ ਬਾਅਦ ਮੈਂ ਤੁਹਾਡੇ ਫਿਰ ਸਾਹਮਣੇ ਆ ਰਿਹਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਿਉਂਕਿ ਜਿਹੜੀ ਸੱਚਾਈ ਆ ਉਹ ਜ਼ਰੂਰ ਦੱਸਣੀ ਚਾਹੀਦੀ ਆ। ਜਿਹੜੀ ਕਿਸੇ ਨਾਲ ਕੋਈ ਗੱਲ ਹੋਈ ਹੋਵੇ ਕਿਸੇ ਇਸ਼ੂ 'ਤੇ, ਉਹ ਵੀ ਜ਼ਰੂਰ ਦੱਸਣੀ ਚਾਹੀਦੀ ਹੈ ਕਿ ਮੇਰੀ ਕਿਹੜੇ ਦੇ ਨਾਲ ਕਿਸ ਟਾਈਮ ਕਿਹੜੀ ਗੱਲ ਹੋਈ। ਜਿਨ੍ਹਾਂ ਅੱਗੇ ਮੇਰਾ ਹਮੇਸ਼ਾ ਸਿਰ ਝੁਕਦਾ ਰਿਹਾ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਉਹਨਾਂ ਦਾ ਮੈਨੂੰ ਫੋਨ ਆਇਆ ਔਰ ਉਹਨਾਂ ਨੇ ਮੈਨੂੰ ਇੱਕ ਹੁਕਮ ਲਾ ਦਿੱਤਾ ਔਰ ਮੈਂ ਉਹਨਾਂ ਦਾ ਹੁਕਮ ਝੋਲੀ ਦੇ ਵਿੱਚ ਪਾ ਲਿਆ। ਔਰ ਉਹਨਾਂ ਨੇ ਇੱਕ ਗੱਲ ਕਹੀ ਸੀਗੀ, ਪਰ ਉਹ ਜਿਹੜੀ ਗੱਲ ਆ ਉਹ ਉਹਨਾਂ ਡਾਕਟਰਾਂ ਨੇ ਜਿਹੜੀ ਆ ਉਹ ਨਹੀਂ ਮੰਨੀ ਉਹਨਾਂ ਦੀ ਗੱਲ। ਚਲੋ ਕੋਈ ਗੱਲ ਨਹੀਂ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਹਾਈਕਮਾਂਡ 'ਤੇ ਸਭ ਕੁਛ ਧਿਆਨ 'ਚ ਆ, ਪਰ ਹਾਈਕਮਾਂਡ ਜਿਹੜੀ ਆ ਉਹ ਇਸ ਗੱਲ 'ਤੇ ਵਿਜੇ ਦਿਆ ਕਿ ਅਸੀਂ APਸਿੰਘ ਨੂੰ ਨਹੀਂ ਬਦਲ ਸਕਦੇ, ਬਿਲਕੁਲ ਨਾ ਬਦਲੋ। ਮੈਂ ਇਹ ਗੱਲਾਂ ਦਾ ਹੁਣ ਆਉਣ ਵਾਲੇ ਸਮੇਂ 'ਚ ਜ਼ਰੂਰ ਇੱਕ ਅੱਧੇ ਦਿਨ 'ਚ ਦੱਸ ਦਿਆਂਗਾ। ਔਰ ਮੈਂ ਅੱਜ ਉਹਨਾਂ ਸਾਰੇ ਸਤਿਕਾਰਯੋਗ ਵੀਰਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਵੱਡੀ ਗਿਣਤੀ ਦੇ ਵਿੱਚ ਆ ਕੇ ਇਸ ਹੌਸਪੀਟਲ ਦੇ ਦੁੱਖ ਮੇਰੇ ਨਾਲ ਸਾਂਝੇ ਕਰਦੇ ਰਹੇ ਆ, ਮੇਰੇ ਭੈਣ ਭਰਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਕੇ, ਕਿ ਇੱਥੇ ਕੀ ਹੁੰਦਾ ਰਿਹਾ। ਔਰ ਉਹ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ 10 ਤਰੀਕ ਨੂੰ 10 ਵਜੇ ਦਿਨ ਵੀਰਵਾਰ ਆਪਾਂ ਇੱਕ ਵੱਡਾ ਇਕੱਠ ਜਿਹੜਾ ਵੱਲਾ ਹਸਪਤਾਲ ਦੇ ਬਾਹਰ ਕਰਾਂਗੇ। ਔਰ ਉੱਥੇ ਜਿੱਥੇ ਮੈਂ ਹਾਜ਼ਰ ਹੋਵਾਂਗਾ, ਮੇਰੇ ਨਾਲ ਹੋਰ ਵੀ ਸੀਨੀਅਰ ਲੀਡਰ ਉੱਥੇ ਹਾਜ਼ਰ ਹੋਣਗੇ। ਔਰ ਉਸ ਦਿਨ ਉੱਥੇ ਕਈ ਮਾਂ ਬਾਪ, ਕਈ ਭੈਣ ਭਰਾ ਆਪੋ ਆਪਣਾ ਦੁੱਖ ਦੱਸਣਗੇ ਕਿ ਇਸ ਹਸਪਤਾਲ ਦੇ ਵਿੱਚ ਇਲਾਜ ਦੇ ਦਰਮਿਆਨ ਉਹਨਾਂ ਦੇ ਨਾਲ ਕੀ ਬੀਤਦਾ ਰਿਹਾ। ਉਹ ਵੀ ਲੋਕ ਦੱਸਣਗੇ ਜਿਨ੍ਹਾਂ ਦੇ ਜਵਾਨ ਬੱਚੇ ਇਸ ਹਸਪਤਾਲ ਨੇ ਖੋਲ੍ਹੇ, ਜਿਨ੍ਹਾਂ ਦਾ ਮਾਂ ਪਿਓ ਇਸ ਹਸਪਤਾਲ ਨੇ ਖੋਲ੍ਹਿਆ, ਬਹੁਤ ਕੁਛ ਹੈ ਦੱਸਣ ਨੂੰ। ਉਹ ਵੀਰਵਾਰ 10 ਤਰੀਕ ਨੂੰ 10 ਵਜੇ ਆਪਾਂ ਮਾਈਕ 'ਚ ਸਾਰਾ ਦੱਸਾਂਗੇ ਔਰ ਸਾਰਾ ਮੀਡੀਆ ਦੇ ਸਾਹਮਣੇ ਨਸ਼ਰ ਕਰ ਦਾਂਗੇ। ਮੇਰੇ ਇਕੱਲੇ ਕੋਲ ਸਬੂਤ ਨਹੀਂ, ਹੋਰ ਵੀ ਕਈ ਵੀਰਾਂ ਕੋਲ ਬੜੇ ਵੱਡੇ ਵੱਡੇ ਇਸ ਹਸਪਤਾਲ ਦੇ ਜਿਹੜੇ ਸਕੈਂਡਲ ਆ ਉਹ ਮੌਜੂਦ ਨੇ। ਚਲੋ ਠੀਕ ਹੈ, ਪਾਰਟੀ ਦੀ ਮਜਬੂਰੀ ਬਣ ਗਈ ਕਿ APਸਿੰਘ ਨੂੰ ਨਹੀਂ ਕੱਢ ਸਕਦੇ। ਮੈਂ ਉਦਣ ਇਹ ਗੱਲ ਕਹੀ ਸੀਗੀ ਕਿ ਇੱਕ ਮਿਆਨ 'ਚੋਂ ਦੋ ਤਲਵਾਰਾਂ ਨਹੀਂ ਪੈਣਗੀਆਂ। ਮੈਂ ਪਾਰਟੀ ਦਾ ਵਫਾਦਾਰ ਸੀ, ਮੈਂ ਇਹਨੂੰ ਵਾਰ ਵਾਰ ਕੁਛ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ। ਇਹ ਬੱਚਾ ਬੱਚਾ ਜਾਣਦਾ ਕਿ ਮੈਂ ਰੋਜ਼ ਕਹਾਂ ਮੈਂ 15 ਸਾਲ ਲੰਘਾ ਤੇ, ਮੈਂ 20 ਸਾਲ ਲੰਘਾ ਤੇ, ਮੈਂ ਵਫਾਦਾਰ ਹਾਂ। ਬੱਚਾ ਬੱਚਾ ਜਾਣਦਾ, ਮੈਂ ਇੱਕ ਵਾਰ ਗੱਲ ਕਰ ਦਿੱਤੀ। ਪਰ ਲੋਕ ਤਾਂ ਕਹਿੰਦੇ ਆ ਜਿਹੜੀ ਪਾਰਟੀ ਉਹ ਮਾਂ ਹੁੰਦੀ ਆ, ਅਤੇ ਜੇ ਮਾਂ ਹੀ ਬੱਚਿਆਂ ਦੀ ਗੱਲ ਨਾ ਸੁਣੂਗੀ ਤਾਂ ਫਿਰ ਕੀ ਨਾਂ ਦੇ ਸਕਦੇ ਹਾਂ ਆਪਾਂ। ਚਲੋ ਛੱਡ ਦਿਓ, ਹੁਣ ਗਿਲਾ ਕਰਨ ਦੀ ਲੋੜ ਨਹੀਂ ਮੈਨੂੰ ਇਹਨਾਂ 'ਤੇ। ਇੱਕ ਦੂਜੀ ਅਹਿਮ ਬੇਨਤੀ ਅਹਿਮ ਉਹ ਮੈਂ ਕਰਨੀ ਲੱਗਾ ਕਿ ਉਹੀ ਭੈਣ ਭਰਾ ਉਦਣ ਉਸ ਰੋਸ ਧਰਨੇ 'ਚ ਆਇਓ ਜਿਹਦੀਆਂ ਲੱਤਾਂ 'ਚ ਦਮ ਆ। ਤੁਹਾਨੂੰ ਸਤਿਕਾਰਯੋਗ ਮਜੀਠੀਆ ਸਾਹਿਬ ਨੇ ਵੀ ਡੱਕਣਾ ਜੇ, ਤੁਹਾਨੂੰ ਸਾਡੇ ਜ਼ਿਲ੍ਹੇ ਦੀ ਹੋਰ ਵੀ ਸੀਨੀਅਰ ਲੀਡਰਸ਼ਿਪ ਨੇ ਡੱਕਣਾ ਜੇ। ਤੁਸੀਂ ਮੈਨੂੰ ਹਿੱਕ ਠੋਕ ਠੋਕ ਕੇ ਫੋਨਾਂ 'ਤੇ ਕਿਹਾ ਕਿ ਸਰਦਾਰ ਤਲਵੀਰ ਸਿੰਘ ਤੇਰੇ ਨਾਲ ਆ, ਤੁਸੀਂ ਮੈਨੂੰ ਕਿਹਾ, ਅਤੇ ਮੇਰੇ ਨਾਲ ਭਾਵੇਂ 100 ਜਣਾ ਆਇਓ, ਭਾਵੇਂ 200 ਆਇਓ, ਭਾਵੇਂ 500 ਆਇਓ, ਆਇਓ ਉਹ ਜਿਨ੍ਹਾਂ ਨੇ ਖਲੋਤੇ ਰਹਿਣਾ, ਜਿਨ੍ਹਾਂ ਦੀਆਂ ਲੱਤਾਂ 'ਚ ਦਮ ਆ। ਜੇ ਕੱਲ੍ਹ ਨੂੰ ਫੋਨ ਆ ਗਏ ਅਤੇ ਫਿਰ ਤੁਸੀਂ ਬੈਗ ਮਾਰਨੀ ਆ, ਫਿਰ ਮੈਂ ਅੱਜ ਆਪ ਹੀ ਤੁਹਾਨੂੰ ਮੂੰਹੋਂ ਕਹਿੰਦਾ ਕਿ ਬਿਲਕੁਲ ਮੇਰੇ ਧਰਨੇ 'ਚ ਨਾ ਉਹ ਲੋਕ ਆਉਣ। ਚਲੋ ਉਹਨਾਂ ਵੀਰਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਵੀਰ ਮੈਨੂੰ ਕਹਿੰਦੇ ਕਿ ਸਾਨੂੰ ਫਲਾਣੇ ਵੀਰ ਦਾ ਫੋਨ ਆਇਆ, ਫਲਾਣੇ ਵੀਰ ਦਾ ਤੁਸੀਂ ਤਲਵੀਰ ਦੀਆਂ ਪੋਸਟਾਂ ਕੋਈ ਸ਼ੇਅਰ ਕਰਦੇ ਹੋ, ਯਾਰ ਤੁਸੀਂ ਤਲਵੀਰ, ਯਾਰ ਤਲਵੀਰ ਕੋਈ ਕਾਂਗਰਸੀ ਆ, ਤਲਵੀਰ ਕੋਈ ਗਲਤ ਕੰਮ ਕਰ ਰਿਹਾ, ਤਲਵੀਰ ਜੇ ਗਲਤ ਅੰਸਰਾਂ ਦੇ ਖਿਲਾਫ ਕੋਈ ਆਵਾਜ਼ ਉਠਾ ਰਿਹਾ ਤਾਂ ਕੀ ਮੈਂ ਗਲਤ ਕਰ ਰਿਹਾ, ਤੁਸੀਂ ਵੀ ਉੱਠੋ। ਜਿਹੜੇ ਵੀਰ ਮੇਰੀ ਅੱਜ ਇੱਕ ਵੀਰ ਨਾਲ ਗੱਲ ਹੋਈ, ਮੈਂ ਉਦੋਂ ਉੱਥੇ ਨਾ ਲਵਾਂਗਾ ਉਹਦਾ ਮੀਡੀਆ ਦੇ ਸਾਹਮਣੇ, ਪਿੱਟਿਆ ਮੇਰੇ ਕੋਲ, ਪਰ ਕੀ ਕਹਿ ਰਿਹਾ ਲੋਕਾਂ ਨੂੰ, ਨਾ ਤਲਵੀਰ ਦੀਆਂ ਯਾਰ ਪੋਸਟਾਂ ਸ਼ੇਅਰ ਕਰੋ, ਤਾਂ ਰੋਈ ਜਾਂਦਾ। ਬੜੀ ਹੈਰਾਨੀ ਦੀ ਗੱਲ ਹੈ ਯਾਰ ਤੁਹਾਡੇ ਵਾਸਤੇ, ਕੀ ਏਡਾ ਆਪਾਂ ਨੂੰ ਉੱਤੇ ਤਲਵਾਰ ਲਮਕਣ ਦਈ ਆ ਕਿ ਆਪਣਾ ਸੀਸ ਕਲਮ ਹੋ ਚੱਲਿਆ ਜਿਹੜਾ ਜ਼ਮੀਰ ਨੂੰ ਜਗਾਈਏ ਯਾਰੋ, ਇੱਕ ਗਰੀਬ ਲੋਕਾਂ ਦੀ ਖਾਤਰ, ਉਹਨਾਂ ਲੋਕਾਂ ਦੀ ਖਾਤਰ ਜਿਨ੍ਹਾਂ ਦੇ ਜਵਾਨ ਧੀਆਂ ਪੁੱਤ ਮਰ ਗਏ,
और इस कसाई नू सीट ते बैठे नू एक रुपये का असर नहीं होया। बाहरलियां जुड़ियां वस्तियां चल जाओ, डीएमसी अर्गे हॉस्पिटल चल जाओ, तुहाडी तसली कराउणगे, तुहानू ज्ञान मिलणगे। इत्थे की कुछ हुंदा इह हुण मैं वीरवार 10 तरीक नू 10 बजे दसांगा। और मैं यह भी कहना बंद कर दांगा श्री गुरु रामदास चैरिटेबल ट्रस्ट, क्योंकि मैं समझदा कि श्री गुरु रामदास जी की भी इत्थे इस टाइम तहीन हो रही है। इहो जे हॉस्पिटल कम इहो जे होना ते ना किहो जिहा होवे। हुण इहदा नाम बदल के डॉक्टर ए पी सिंह चैरिटेबल ट्रस्ट कर दिओ, ते फिर ते भावें इसे नूं रख लिओ, फिर कोई गल नहीं। मैं हुण दोबारा सारे वीरां भरावां नूं बेनती करदा, वीरवार 10 तरीक नूं 10 बजे वड्डी गिणती दे विच वल्ले हॉस्पिटल दे बाहर पहुँचो, ता कि आपां इहदा सारा किस्सा जिहड़ा उह मीडिया दे सामने नशर करिए। हुण भजदियां नूं आण इक्को जिहा जदों की कहिंदे हुंदे आ कि नच्चण लापी फिर घुंड कहदा। बहुत मैं कोशिश कीती कि कितना कितें सच की सुनवाई हो जाए, सच की सुनवाई हो जाए, पर नहीं भराओ, इत्थे सच की सुनवाई नहीं। पर मैं इस काम का फिर गाहक भी नहीं, ये किसी किताब च भी नहीं लिखा कि किसी की दबा के जी आवाज़ में जोड़ा सच की आवाज़ में कित दबाया जाए, ये किसी किताब च नहीं लिखा। वीरवार 10 तरीक 10 बजे तकड़े होकर इतने पहुँचो। बहुत बहुत धन्यवाद। वाहेगुरू जी का खालसा, वाहेगुरू जी।